ਚੰਡੀਗੜ੍ਹ ਦੇ ਵਿੱਚ ਕਿਸਾਨ ਧਰਨੇ ਦਾ ਅੱਜ ਤੀਜਾ ਦਿਨ ਹੈ। ਅੱਜ ਇੱਥੋਂ ਦੀਆਂ ਕੀ ਤਸਵੀਰਾਂ ਨੇ? ਫਿਲਹਾਲ ਸਵੇਰ ਦੇ ਟਾਈਮ ਹੈ ਤੇ ਨਾਸ਼ਤੇ ਦਾ ਪ੍ਰਬੰਧ ਹੋ ਰਿਹਾ ਹੈ। ਕਿਸਾਨ ਆਪ ਹੀ ਇੱਥੇ ਪ੍ਰਸ਼ਾਦੇ ਤਿਆਰ ਕਰ ਰਹੇ ਨੇ। ਤਸਵੀਰਾਂ ਤੁਹਾਡੇ ਸਾਹਮਣੇ ਨੇ ਔਰ ਕੀ ਤਸਵੀਰ ਹੈ, ਕੀ ਇਸ ਵੇਲੇ ਮਾਹੌਲ ਆ, ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿੱਥੇ ਰਾਤ ਨੂੰ ਗੱਦੇ ਵਿਛਾਏ ਸੀ ਉਹ ਫਿਲਹਾਲ ਇਕੱਠਾ ਕਰਨ ਦਾ ਟਾਈਮ ਆ ਗਿਆ, ਕਿਉਂਕਿ ਇੱਕ ਵਾਰੀ ਫਿਰ ਤੋਂ ਕਿਸਾਨ ਇਕੱਠੇ ਹੋਣਗੇ, ਮੰਚ ਲੱਗੇਗਾ, ਕਿਸਾਨ ਵਿਚਾਰ ਸਾਂਝੇ ਕਰਨਗੇ, ਤਕਰੀਰਾਂ ਹੋਣਗੀਆਂ। ਤਾਂ ਉਸ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਕਿ ਸਵੇਰ ਦੀ ਤਿਆਰੀ ਦੀਆਂ ਤਸਵੀਰਾਂ ਇੱਧਰ ਵੀ ਚੱਲੀ ਜਾਂਦੇ ਆ। ਜਿਵੇਂ ਕਹਿੰਦੇ ਨੇ ਕਿ ਹਰ ਘਰ ਦੇ ਵਿੱਚ ਚੁੱਲ੍ਹਾ ਬਲ ਰਿਹਾ ਹੁੰਦਾ, ਤਾਂ ਉਵੇਂ ਇਹ ਟਰਾਲੀਆਂ ਨੂੰ ਵੱਖਰੇ ਵੱਖਰੇ ਘਰ ਆ, ਇੱਧਰ ਚੁੱਲ੍ਹਾ ਬਲੀ ਜਾਂਦਾ ਤੇ ਇੱਧਰ ਪ੍ਰਸ਼ਾਦੇ ਛਕੀ ਜਾਂਦੇ ਨੇ। ਤਾਂ ਪੱਖੇ ਚੱਲ ਰਹੇ ਨੇ ਬੇਸ਼ੱਕ, ਕਿਉਂਕਿ ਜਦੋਂ ਚਾਰ ਪੰਜ ਦਿਨ ਦਾ ਪ੍ਰਦਰਸ਼ਨ ਹੋਵੇ, ਖੁੱਲ੍ਹੇ ਅਸਮਾਨ ਦੇ ਹੇਠ ਪ੍ਰਦਰਸ਼ਨ ਹੋਵੇ, ਤਾਂ ਸਾਰੇ ਪ੍ਰਬੰਧ ਫਿਰ ਇਸੇ ਤਰ੍ਹਾਂ ਕਰਨੇ ਪੈਂਦੇ ਆ। ਹਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਉਹ ਕਿਸਾਨ ਨੇ, ਹਾਲਾਂਕਿ ਜਦੋਂ ਤੋਂ ਦਿੱਲੀ ਦਾ ਧਰਨਾ ਸ਼ੁਰੂ ਹੋਇਆ, ਦਿੱਲੀ ਵਾਲਾ ਧਰਨਾ ਜਦੋਂ ਪਹਿਲੀ ਵਾਰ ਲੱਗਿਆ, ਤਾਂ ਉਸ ਧਰਨੇ ਨੇ ਕਿਸਾਨਾਂ ਨੂੰ ਕਾਫੀ ਕੁਝ ਸਿਖਾਤਾ ਤੇ ਅਸੀਂ ਅਕਸਰ ਪਹਿਲਾਂ ਵੀ ਕਿਸਾਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਕਿ ਘਰੇ ਕਈ ਵਾਰ ਮਾੜੀ ਮੋਟੀ ਤੱਤੀ ਠੰਡੀ ਹੋ ਜੇ ਤਾਂ ਰੌਲਾ ਪਾਉਣ ਲੱਗ ਜਾਂਦੇ ਆਪਾਂ, ਤੇ ਜੇ ਕਿਤੇ ਪਰੌਂਠਾ ਮਾੜਾ ਜਿਹਾ ਵਿੰਗਾ ਟੇਢਾ ਹੋ ਜਾਏ ਤਾਂ ਬਾਪੂ ਜੀ ਘਰੇ ਤਾਂ ਰੌਲਾ ਪਾਉਣ ਲੱਗ ਜਾਂਦਾ, ਭਾਈ ਪਰੌਂਠਾ ਤੁਹਾਡਾ ਸਹੀ ਨਹੀਂ ਬਣਿਆ, ਅੱਜ ਪਰੌਂਠਾ ਬਣਦਾ ਸੀ? ਬਣਦਾ ਜੀ, ਬਹੁਤ ਵਧੀਆ। ਹਾਂਜੀ ਹਾਂ, ਬਹੁਤ ਵਧੀਆ ਪਰੌਂਠਾ ਬਣਦਾ ਘਰੇ। ਬੁੜੀਆਂ ਵਾਲੇ ਪਰੌਂਠਿਆਂ ਚ ਨੁਕਸ ਕੱਢ ਦਿੰਦੇ, ਇੱਥੇ ਤਾਂ ਨੀ ਕੱਢਦਾ ਕੋਈ, ਇੱਥੇ ਜੀ ਕੋਈ ਕੱਢਦਾ। ਮਾੜਾ ਮੋਟਾ ਵੈਸੇ ਬੁੜੀਆਂ ਨੀ ਹੋਣੀਆਂ ਵੀ ਥੋੜਾ ਬਹੁਤਾ, ਚੱਲ ਸਾਨੂੰ ਸੌਖਾ ਹੈ ਵੀ ਇੰਨੇ ਨਾਲ ਪਤਾ ਤਾਂ ਲੱਗ ਜੂ ਕੰਮ ਸੌਖਾ ਕਿ ਔਖਾ। ਹਾਂ ਇਹ ਤਾਂ ਹੈਗਾ ਜੀ, ਐਂ ਤਾਂ ਬੁੜੀਆਂ ਨੂੰ ਵੀ ਕਹਿੰਦੇ ਜੀ, ਇੱਥੇ ਆ ਕੇ ਕੰਮ ਸਿੱਖ ਕੇ ਕਿਉਂ ਲਾਈ ਜਾਂਦਾ ਨਾ ਚੋਪੜ। ਹਾਂਜੀ ਹਾਂ, ਕਿਵੇਂ ਬੁੜੀਆਂ ਪੂਰਾ ਘਿਓ ਨੀ ਲਾਉਂਦੀਆਂ, ਇੱਧਰ ਦੇਖ ਹੁਣ ਪੂਰਾ ਲਾਈ। ਤਾਂ ਚਲੋ ਥੋੜੀਆਂ ਹਾਸੇ ਖੇਡੇ ਦੀਆਂ ਗੱਲਾਂ ਵੀ ਹੁੰਦੀਆਂ ਜੀ, ਕਹਿੰਦੇ ਵੀ ਇੱਥੇ ਆਪਦੀ ਮਰਜ਼ੀ ਦੇ ਪਰੌਂਠੇ ਤੇ ਮਰਜ਼ੀ ਦਾ ਘਿਓ ਲੱਗਦਾ। ਖੈਰ ਮਜਬੂਰੀ, ਵੈਸੇ ਤਾਂ ਧਰਨੇ ਤੇ ਮਜਬੂਰੀ ਵਾ, ਸਭ ਕੁਝ ਕਰਨਾ ਪੈਂਦਾ, ਪਰ ਕਹਿੰਦੇ ਨੇ ਕਿ ਸਮੇਂ ਨੂੰ ਹੱਸ ਖੇਡ ਕੇ ਜਿਹੜਾ ਹੈਗਾ ਉਹਨੂੰ ਸੌਖੇ ਤਰੀਕੇ ਲੰਘਾਉਣ ਦੀ ਕੋਸ਼ਿਸ਼ ਹੈ। ਇੱਕ ਕੋਈ ਇਹ ਨਹੀਂ ਕਿ ਇੱਥੇ ਚਾ ਮਨਾਏ ਜਾਂਦੇ ਆ ਜਾਂ ਖੁਸ਼ੀਆਂ ਸਾਂਝੀਆਂ ਕਰਨ ਤੇ ਇੱਥੇ ਆਏ ਨਹੀਂ, ਮਜਬੂਰੀ ਵਾਸਤੇ ਧਰਨਾ ਜਿਹੜਾ ਲਾਉਣਾ ਪਿਆ ਇਸ ਕਰਕੇ। ਪਰ ਜਦੋਂ ਐਸੇ ਹਾਲਾਤ ਪੈਦਾ ਹੀ ਹੋ ਜਾਣ ਤਾਂ ਫਿਰ ਉਹ ਸਮੇਂ ਨੂੰ ਚੰਗੇ ਤਰੀਕੇ ਲੰਘਾਉਣ ਦੀ ਇਹ ਕੋਸ਼ਿਸ਼ ਹੈ। ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ, ਕਿਵੇਂ ਟਰਾਲੀਆਂ ਖੜੀਆਂ, ਟਰੈਕਟਰ ਟਰਾਲੀਆਂ, ਜਿਹੜਾ ਅਕਸਰ ਕਹਿ ਦਿੰਦੇ ਕਿ ਚੰਡੀਗੜ੍ਹ ਦੇ ਵਿੱਚ ਟਰੈਕਟਰ ਟਰਾਲੀ ਦੀ ਜਿਹੜੀ ਇਜਾਜ਼ਤ ਨਹੀਂ ਹੈ, ਪਰ ਹੁਣ ਜਮਾਂ ਚੰਡੀਗੜ੍ਹ ਦੇ ਵਿਚਾਲੇ ਸੈਕਟਰ 34 ਦੇ ਇਸ ਮੇਲਾ ਗਰਾਊਂਡ ਦੇ ਵਿੱਚ ਟਰਾਲੀਆਂ ਵੀ ਖੜੀਆਂ, ਟਰੈਕਟਰ ਵੀ ਖੜੇ ਆ, ਕਿਸਾਨਾਂ ਦਾ ਧਰਨਾ ਵੀ ਚੱਲ ਰਿਹਾ, ਜਿਹੜਾ ਕਰੀਬ ਡੇਢ ਦਹਾਕੇ ਬਾਅਦ ਅਸੀਂ ਕਹਾਂਗੇ ਕਿ ਚੰਡੀਗੜ੍ਹ ਦੀਆਂ ਸੜਕਾਂ ਤੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਏ ਨੇ, ਇਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਜਿਹੜੇ ਨੇ ਉਹ ਨਜ਼ਰ ਆਏ ਨੇ। ਤਾਂ ਇਸ ਤੋਂ ਬਾਅਦ ਕਿਸਾਨਾਂ ਨੇ ਅੱਗੇ ਇਕੱਠੇ ਹੋਣਾ, ਇਸ ਪਾਸੇ ਉਹ ਤਸਵੀਰ ਦਿਖਾ ਦਿੰਦੇ ਆ ਕਿ ਇਸ ਤੋਂ ਬਾਅਦ ਸਾਰੇ ਕਿਸਾਨ ਇਕੱਠੇ ਹੋ ਜਾਣਗੇ ਇਸ ਪੰਡਾਲ ਦੇ ਥੱਲੇ, ਔਰ ਪੰਡਾਲ ਦੇ ਹੇਠਾਂ ਪੂਰਾ ਪ੍ਰਬੰਧ ਕੀਤਾ ਗਿਆ, ਪੱਖੇ ਲਾਏ ਗਏ ਨੇ ਕਿਉਂਕਿ ਗਰਮੀ ਫਿਲਹਾਲ ਪਿਛਲੇ 2-3 ਦਿਨਾਂ ਤੋਂ ਫਿਰ ਤੋਂ ਦੁਬਾਰਾ ਬਹੁਤ ਪੈ ਰਹੀ ਹੈ। ਤਾਂ ਇਹ ਪੰਡਾਲ ਆ ਜਿਹੜਾ ਉਹ ਤਿਆਰ ਕੀਤਾ ਗਿਆ ਜਿੱਥੇ ਕਿਸਾਨਾਂ ਨੇ ਇਕੱਠੇ ਹੋਣਾ, ਕਿਸਾਨਾਂ ਦੇ ਜਿਹੜੇ ਆਗੂ ਨੇ ਉਹਨਾਂ ਨੇ ਵਿਚਾਰ ਦੇਣੇ ਨੇ, ਉਹਨਾਂ ਨੇ ਚਰਚਾਵਾਂ ਕਰਨੀਆਂ ਨੇ ਤਾਂ ਕਿ ਆਖਿਰ ਇਹ ਧਰਨਾ ਚੱਲ ਕਿਉਂ ਰਿਹਾ, ਕਿਉਂ ਇਸ ਧਰਨੇ ਦੀ ਲੋੜ ਪਈ, ਮੰਗਾਂ ਕੀ ਨੇ, ਮਕਸਦ ਕੀ ਹੈ, ਸਰਕਾਰ ਨਾਲ ਕੀ ਗੱਲਬਾਤ ਚੱਲ ਰਹੀ ਹੈ ਤੇ ਸਰਕਾਰ ਦਾ ਅੱਗੋਂ ਜਵਾਬ ਕੀ ਆ ਰਿਹਾ। ਜਦੋਂ ਕਿਸਾਨਾਂ ਦਾ ਪੱਕਾ ਮੋਰਚਾ ਲੱਗਿਆ ਹੋਵੇ ਤਾਂ ਫਿਰ ਹਰ ਤਰ੍ਹਾਂ ਦੇ ਪ੍ਰਬੰਧਨ ਦੀ ਲੋੜ ਆ, ਕਿਉਂਕਿ ਜਿੱਥੇ ਦਿਨ ਰਾਤ ਕਿਸਾਨਾਂ ਨੇ ਬਿਤਾਉਣੀ ਹੋਵੇ ਤਾਂ ਐਸੇ ਹਾਲਾਤਾਂ ਦੇ ਵਿੱਚ
ਕਿਸਾਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਉਸ ਇਲਾਕੇ ਦੇ ਵਿੱਚ ਕਿਵੇਂ ਪ੍ਰਬੰਧ ਕੀਤੇ ਜਾਣ, ਉਹਨੂੰ ਵੀ ਲਾਜ਼ਮੀ ਹੋ ਜਾਂਦਾ। ਹਾਲਾਂਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਸੈਕਟਰ 34 ਦੇ ਵਿੱਚ, ਪਰ ਉਹਦੇ ਲਈ ਕੁਝ ਇੰਤਜ਼ਾਮ ਜ਼ਰੂਰ ਨਜ਼ਰ ਆਏ ਨੇ। ਇੱਥੇ ਜਿਹੜੇ ਟੋਇਲਟ ਦੇ ਪ੍ਰਬੰਧ ਕੀਤੇ ਗਏ ਨੇ,